ਬਣੇ ਬਹੁਤ ਹੀ ਪੰਜਾਬ ਦਾ ਦਰਦ ਰੱਖਣ ਵਾਲੇ ਲੋਕ ਸਰਕਾਰ ਬਜ਼ੁਰਗ ਨੌਜਵਾਨ ਦੀ ਮਾਵਾਂ ਭੈਣਾਂ ਛੋਟੇ ਬੱਚੇ ਸਭ ਤੋਂ ਪਹਿਲਾਂ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਕੋਈ ਮੇਰੇ ਮੌਕੇ ਲੰਬੇ ਚੌੜੇ ਭਾਸ਼ਣ ਦੇਣੀ ਹੈ ਮੈਂ ਇਸ ਗੱਲ ਦਾ ਧੰਨਵਾਦ ਹੀ ਹਾਂ ਕਿ ਤੁਸੀਂ ਗਰਮੀ ਦੇ ਬਾਵਜੂਦ ਇੱਥੇ ਖੜੇ ਹੋ ਮੇਰੇ ਲੀਡਰਾਂ ਨੂੰ ਕੌਣ ਆਏ ਤੇ ਤੁਸੀਂ ਪਿਆਰ ਕਰਦੇ ਹੋ ਉਸੇ ਪਿਆਰ ਕਰਕੇ ਅਸੀਂ ਮੁੰਡੇ ਕਰਦੇ ਧੰਨਵਾਦ ਉਹਨਾਂ ਤੋਂ ਬਚੋ ਕਿ ਦੋਨੇ ਪਾਰਟੀਆਂ ਫਰਕ ਪਾ ਗਏ ਵੀਰੋ ਇੱਕ ਰੱਖਿਓ ਪਿੰਡਾਂ ਧੜਿਆਂ ਚ ਨਾ ਵੰਡੇ ਜਾਇਓ ਨਹੀਂ ਤਾਂ ਮਾਰੇ ਜਾਓਗੇ ਲੀਡਰ ਤੁਹਾਨੂੰ ਧੜਿਆਂ ਚ ਵੰਡਣ ਨੂੰ ਫਿਰਦੇ ਨੇ ਧੜਿਆਂ ਚ ਨਾ ਵੰਡੇ ਜਾਇਓ ਸਰਪੰਚ ਆਪਦੇ ਘਰ ਦੇ ਬੰਦੇ ਚੁਣ ਲਓ ਪੰਚਾਇਤ ਸੰਮਤੀ ਤੇ ਬਲਾਕ ਸੰਮਤੀ ਆਪਦੇ ਧੀਆਂ ਪੁੱਤਾਂ ਨੂੰ ਚੁਣ ਲਓ ਨਹੀਂ ਤਾਂ ਮਾਰੇ ਜਾਓ ਜੇ ਨੀਂਹ ਦੇ ਵਿੱਚ ਇੱਕ ਮਾਰੀ ਲੱਗੀ ਫਿਰ ਬਿਲਡਿੰਗ ਵੀ ਬਹੁਤ ਹੀ ਵਧੀਆ ਨਹੀਂ ਬਣਦੀ ਕਿਰਪਾ ਕਰਕੇ ਹੱਥ ਮੰਨ ਕੇ ਬੇਨਤੀ ਹੈ ਮੇਰੀ ਜੇ ਇੰਨਾ ਪੈਰ ਕਰਕੇ ਮੈਨੂੰ ਆਏ ਹੋ ਨਾ ਮੇਰੀ ਗੱਲ ਮੰਨ ਵੀ ਤਾਂ ਲਓ ਨਾ ਧੜਿਆਂ ਚ ਨਾ ਵੰਡੇ ਜਾਏ ਯਾਰ ਨਹੀਂ ਤਾਂ ਮਾਰੇ ਜਾਣਗੇ ਇਹ ਪਿੰਡਾਂ ਨੂੰ ਖਤਮ ਕਰਨ ਲੱਗੇ ਹੋਏ ਨੇ ਕਹਿੰਦੇ ਪਿੰਡ ਚ ਧੜੇ ਬੰਦੀ ਬਣਾ ਲਓ ਆਪਣਾ ਕੰਮ ਬਣ ਜੂਗਾ ਇਹਨਾਂ ਦਾ ਕੰਮ ਬਣ ਜਾਂਦਾ ਆਪਣਾ ਕੰਮ ਖਰਾਬ ਹੋ ਜਾਂਦਾ ਇਹ ਵੱਡੇ ਲੀਡਰ ਜਿੰਨਾ ਕਰਕੇ ਤੁਸੀਂ ਵਿਆਹਾਂ ਤੇ ਜਾਣੋ ਹਟ ਕੇ ਤੁਸੀਂ ਭੋਗਾਂ ਤੇ ਜਾਣੋ ਹਟ ਕੇ ਜਿੰਨਾ ਕਰਕੇ ਆਪ ਇਕੱਠੇ ਰੱਖਿਓ ਸਭ ਤੋਂ ਪਹਿਲੀ ਬੇਨਤੀ ਰਹੀ ਹੈ ਨੰਬਰ ਦੋ ਕਿਹੜੇ ਮੂੰਹ ਨਾਲ ਅਕਾਲੀ ਦਲ ਵੋਟ ਮੰਗਣ ਆਊਗਾ ਸਾਡੇ ਸ਼ਬਦ ਗੁਰੂ ਦੀ ਬੇਅਦਬੀ ਹੋਈ ਤੇ ਨਾਮ ਆ ਗਿਆ ਉਹਨਾਂ ਦਾ ਅੱਜ ਪਿਓ ਪੁੱਤ ਮੂੰਹ ਦਿਖਾਉਣ ਦੇ ਲੈ ਅੱਜ ਪਿਓ ਪੁੱਤ ਮੂੰਹ ਦਿਖਾਉਣ ਦੇ ਲੈ ਕੇ ਨਹੀਂ ਹੈਗੇ ਪ੍ਰਕਾਸ਼ ਸਿੰਘ ਬਹਾਦਰ ਸੁਖਵੀਰ ਬਾਦਲ ਉਹਨਾਂ ਦੀ ਸਰਕਾਰ ਦੇ ਵਿੱਚ ਹੋਈ ਲੈ ਲਓ ਵੋਟਾਂ ਯਾਰ ਪਰਚੇ ਪਾ ਲਏ ਕਿਸੇ ਨੂੰ ਡਰਾ ਲਿਆ ਸਾਡੇ ਕੁਲ ਸਾਡੇ ਸ਼ਬਦ ਕੁਲ ਦੇ ਗੋਲੀਆਂ ਮਾਰ ਕੇ ਵੋਟਾਂ ਲਾਉਣ ਗਏ ਇੱਕੋ ਮਿੱਟਾ ਪਾਪ ਹੈ ਹੁਣ ਮੂਹਰੋਂ ਕੈਪਟਨ ਰਲ ਗਿਆ ਨਾਲ ਉਹ ਕਹਿੰਦਾ ਮੈਂ ਨਹੀਂ ਬੋਲ ਦਿੰਦਾ ਹੋ ਜਾਂਦਾ ਤੇ ਕੇਸ ਠੀਕ ਹੈ ਮਾਨਵ ਸਾਹਿਬ ਬਹੁਤ ਵੱਡੇ ਬੰਦੇ ਤੁਸੀਂ ਮੈਂ ਤਾਂ ਕੁਛ ਵੀ ਨਹੀਂ ਕੋਈ ਮੁਕਾਬਲਾ ਬਹੁਤ ਵੱਡੇ ਬੰਦੇ ਹੋ ਪੰਜ ਵਾਰੀ ਮੁੱਖ ਮੰਤਰੀ ਰਹੇ ਹੋ ਪਰ ਬਾਦਲ ਸਾਹਿਬ ਕੇਸ ਕਮਜ਼ੋਰ ਕਰਾ ਲਓਗੇ ਕੈਪਟਨ ਨਾਲ ਮਿਲ ਕੇ ਹਿੰਮਤ ਸਿੰਘ ਵਰਗੇ ਗਵਾਹਾਂ ਨੂੰ ਮੁਕਰਾ ਲਓਗੇ ਮਹਿੰਗੇ ਵਕੀਲ ਕਰਕੇ ਬਰੀ ਹੋ ਜਾਓਗੇ ਇਹਨਾਂ ਕਚਹਿਰੀਆਂ ਚੋਂ ਪਰਮਾਤਮਾ ਦੀ ਕਚਹਿਰੀ ਚ ਜਦੋਂ ਕੇਸ ਲੱਗਿਆ ਬਾਦਲ ਸਾਹਿਬ ਉਹਨਾਂ ਵਕੀਲ ਨਹੀਂ ਮਿਲਣਾ ਉੱਥੇ ਅਮਲਾਂ ਦੇ ਹੁੰਦੇ ਨੇ ਨਵੇੜੇ ਕਿਸੇ ਨੀ ਤੇਰੀ ਜਾਤ ਪੁੱਛਣਾ ਨਿਕਲੋ ਬਾਹਰ
ਇਹਨਾਂ ਨੂੰ ਸਾਡਾ ਕੀ ਹੈ ਹੁਣ? ਇੱਕੋ ਹੀ ਗੱਲ ਤੋਂ ਇੱਕੋ ਹੀ ਮੰਗਿਆ ਵੀ ਆਮ ਲੋਕਾਂ ਦੇ ਧੀਆਂ ਪੁੱਤ ਕਿਉਂ ਜਿੱਤ ਗਏ, ਭਗਵਾਨ ਭਗਵਾਨ ਸੰਗਰੂਰ ਤੋਂ ਕਿਉਂ ਜਿੱਤ ਗਿਆ ਵੀ, ਰੂਬੀ ਕਿਉਂ ਜਿੱਤ ਗਈ ਵੀ, ਕੈਨੇਡਾ ਜਾ ਕੇ ਬਲਜਿੰਦਰ ਕੌਰ ਤਲਵੰਡੀ ਤੋਂ ਕਿਉਂ ਜਿੱਤ ਗਈ, ਮਾਸਟਰ ਬਲਦੇਵ ਸਿੰਘ ਜੈਕਰ ਤੋਂ ਕਿਉਂ ਜਿੱਤ ਗਿਆ ਵੀ, ਪਿਰਮਲ ਭਰਾਵਰ ਤੋਂ ਕਿਉਂ ਜਿੱਤ ਗਿਆ ਵੀ, ਮੀਤ ਹੇਰ ਬੰਡਾਲੇ ਤੋਂ ਕਿਉਂ ਜਿੱਤ ਗਿਆ ਵੀ, ਕਲਵੰਤ ਪਟੇਲ ਵੀ ਮਹਿਲ ਕਰਨ ਕਿਉਂ ਜਿੱਤ ਗਿਆ ਵੀ, ਸਾਡੇ ਧੀਆਂ ਪੁੱਤ ਜਿੱਤੇ ਹੁੰਦੇ ਇਹ ਕਿਉਂ ਜਿੱਤੇ ਨੇ? ਆਹੀ ਭੱਗਿਆ ਇਸੇ ਕਰਕੇ ਸਾਡੇ ਨਾਗਰ ਪਏ ਹੋਏ ਆ। ਉਹੀ ਪੀ ਟੀ ਸੀ ਦੀ ਚੈਨਲ ਆਇਆ, ਪੀ ਟੀ ਸੀ ਚੈਨਲ 5 ਸਾਲ ਪਹਿਲਾਂ ਜਦੋਂ ਮੈਂ ਐਮਪੀ ਹੁੰਦਾ ਸੀ, 5 ਸਾਲ ਪਹਿਲਾਂ ਹੀ ਪੀ ਟੀ ਸੀ ਕਹਿੰਦਾ ਹੁੰਦਾ ਸੀ ਪੰਜਾਬ ਦੀ ਸ਼ਾਨ, ਪੰਜਾਬ ਦੀ ਜਾਨ, ਭਗਵਾਨ ਭਗਵਾਨ। ਹੁਣ ਕਹਿੰਦੇ ਇਹ ਤੋਂ ਮਾੜਾ ਬੰਦਾ ਕੋਈ ਨਹੀਂ। Good morning.